ਸਸਰੀਕਲ ਬੇਟਾ ਜੀ ਅੱਜ ਅਸੀਂ ਕਰਾਂਗੇ ਸਾਡਾ 5th ਚੈਪਟਰ ਜਿਹੜਾ ਹੈਗਾ ਪੀਰੀਆਡਿਕ ਕਲਾਸੀਫਿਕੇਸ਼ਨ ਆਫ ਐਲੀਮੈਂਟਸ ਕਲਾਸੀਫਿਕੇਸ਼ਨ ਮਤਲਬ ਅਸੀਂ ਵੱਖਰੀ ਵੱਖਰੀ ਸ਼੍ਰੇਣੀਆਂ ਚ ਐਲੀਮੈਂਟਸ ਜਿਹੜੇ ਹੈਗੇ ਆ ਉਹਨਾਂ ਨੂੰ ਕਿੱਦਾਂ ਵੰਡ ਸਕਦੇ ਹਾਂ ਅਸੀਂ ਕਿਤੇ ਵੀ ਜਾਈਏ ਭਾਵੇਂ ਤੁਸੀਂ ਆਪਣਾ ਕਿਚਨ ਗੌਰ ਕਰੋ ਅਸੀਂ ਉਹਦੇ ਚ ਗਰੁੱਪ ਬਣਾਏ ਹੋਏ ਆ ਚਮਚਕ ਲਾਦੇ ਰੱਖਦੇ ਹਾਂ ਗਲਾਸ ਲਾਦੇ ਰੱਖਦੇ ਹਾਂ ਇਹ ਅਸੀਂ ਕਿਉਂ ਕਰਦੇ ਪਏ ਆ ਅਸੀਂ ਕਿਉਂ ਆਰਗੇਨਾਈਜ਼ ਕਰਦੇ ਪਏ ਆ ਕਿਉਂਕਿ ਅਸੀਂ ਕੁਝ ਉਹਨਾਂ ਚ ਕਾਮਨ ਚੀਜ਼ਾਂ ਵੇਖਦੇ ਆ ਉਹਨਾਂ ਦੇ ਯੂਜ਼ ਵੇਖਦੇ ਆ ਇੱਕੋ ਜਿਹੇ ਹੈਗੇ ਆ ਤੇ ਅਸੀਂ ਚਮਚ ਨਾਲ ਰੱਖਦੇ ਹਾਂ ਇਹ ਸਾਡੀ ਕਾਮਨ ਸੈਂਸ ਹੈ ਯਾਨੀ ਕਿ ਸਾਡੀ ਨੇਚਰ ਜਿਹੜੀ ਹੈਗੀ ਹੈ ਉਹ ਹੈਗੀ ਹੈ ਪੈਟਰਨ ਫਾਈਂਡ ਕਰਨ ਦੀ ਚੀਜ਼ਾਂ ਨੂੰ ਗਰੁੱਪ ਕਰਨ ਦੀ ਹੁਣ ਉਸੇ ਹਿਸਾਬ ਨਾਲ ਬਿਲਕੁਲ ਉਸੇ ਤਰ੍ਹਾਂ ਜਦੋਂ ਐਲੀਮੈਂਟਸ ਡਿਸਕਵਰ ਹੋਣ ਲੱਗੇ ਤਾਂ ਡਿਫਰੈਂਟ ਡਿਫਰੈਂਟ ਸਾਇੰਟਿਸਟ ਨੇ ਟਰਾਈ ਕੀਤੀ ਕਿ ਅਸੀਂ ਕੀ ਕਰੀਏ ਇਹਨਾਂ ਦੀ ਕਲਾਸੀਫਿਕੇਸ਼ਨ ਕਰ ਦਈਏ ਇਹਨਾਂ ਦੀ ਗਰੂਪਿੰਗ ਕਰ ਦਈਏ ਕਿਹੜੇ ਹਿਸਾਬ ਨਾਲ ਜਿੱਦਾਂ ਤੁਸੀਂ ਕਿਚਨ 'ਚ ਕੀਤੀ ਉਹਨਾਂ ਦੀ ਪ੍ਰੋਪਰਟੀਆਂ ਦੇ ਹਿਸਾਬ ਨਾਲ ਕੋਈ ਕੱਚੀ ਦੀ ਚੀਜ਼ ਲਾਦੀ ਰੱਖ ਦਿੰਨੇ ਆ ਕੋਈ ਸਟੀਲ ਦੀ ਚੀਜ਼ ਹੈ ਉਹ ਲਾਦੀ ਰੱਖ ਦਿੰਦੇ ਆ ਥਾਲੀ ਜੇ ਹੋਵੇ ਡਿਫਰੈਂਟ ਸਾਈਜ਼ ਦੀ ਉਹ ਲਾਦੀ ਰੱਖ ਦਿੰਦੇ ਆ ਉਸ ਸਾਬ ਨਾਲ ਹੀ ਅਸੀਂ ਇੱਥੇ ਪੂਰੇ ਚੈਪਟਰ ਚ ਉਸ ਤਰ੍ਹਾਂ ਤੇ ਦਿਮਾਗ ਹੀ ਰੱਖਣਾ ਹੈ ਤਾਂ ਜਿਹੜਾ ਸਾਡੇ ਚੈਪਟਰ ਦਾ ਨਾਮ ਹੈ ਉਹ ਹੈ ਪੀਰੀਆਡਿਕ ਕਲਾਸੀਫਿਕੇਸ਼ਨ ਆਫ 엘ਿਮੈਂਟਸ ਇੱਥੇ ਜਿਹੜੇ ਅਸੀਂ ਸਾਇੰਟਿਸਟਾਂ ਦੀ ਗੱਲ ਕਰਨੀ ਹੈ ਪਹਿਲੇ ਅਸੀਂ ਇਹ ਤਿੰਨ ਡਿਸਕਸ ਕਰਾਂਗੇ ਇਹ ਹੈ ਹਿਸਟਰੀ ਕਿ ਜਿੱਦਾਂ ਪਹਿਲੇ ਕਿਦਾਂ ਅਰੇਂਜ ਕਰਨ ਦੀ ਕੋਸ਼ਿਸ਼ ਕੀਤੀ ਯਾਨੀ ਕਿ ਪੁਰਾਣੇ ਟਾਈਮ ਚ ਕਿੱਦਾਂ ਅਰੇਂਜ ਕਰਨ ਦੀ ਕੋਸ਼ਿਸ਼ ਕੀਤੀ डिफरेंट डिफरेंट सैंटिस्ट आए जिमें पहला ना है डॉबर एनेर रेनर ये स्पैलिंग मिसटेक है मेरी ए नहीं लगना इतने एक मैं मैं करेक्ट कर लवाना डॉबर एनेर इदा ये जर्मन सैंटिस्ट हैं इन मैं करेक्ट कर लवाना डॉबर एनेर ਤੋ ਅਸੀਂ ਡੌਪ ਜਿਹੜਾ ਵਰਡ ਹੈ ਤੁਸੀਂ ਅਲਾਦਾ ਬੋਲੋਗੇ ਥੋੜਾ ਔਖਾ ਜਿਹਾ ਵਰਡ ਹੈ ਜੌਬ ਰੇਨਰ ਹੈ ਨਾ ਐਦਾਂ ਬੋਲ ਸਕਦੇ ਹੋ ਜੌਬ ਰੇਨਰ ਟਰਾਇਡਸ ਟਰਾਇਡਸ ਦਾ ਮਤਲਬ ਕੀ ਹੈਗਾ ਇੱਥੇ ਟਰਾਇਡਸ ਦਾ ਮਤਲਬ ਹੈਗਾ ਤਿੰਨ ਚੀਜ਼ਾਂ ਦੇਖਦੇ ਹਾਂ ਕਿਹੜੀ ਤਿੰਨ ਚੀਜ਼ਾਂ ਦੀ ਗੱਲ ਕਰ ਰਿਹਾ ਹੈ ਫਿਰ ਅਸੀਂ ਕਰਨਾ ਹੈ ਨਿਊ ਲੈਂਡਸ ਲਾ ਆਫ ਆਕਟੇਵ ਆਕਟੇਵ ਮਤਲਬ 8 ਹਾਲੇ ਤੱਕ ਇਹ ਯਾਦ ਰੱਖੋ ਫਿਰ ਆ ਗਿਆ ਜਿਹੜਾ ਮੇਜਰ ਕੰਟਰੀਬਿਊਸ਼ਨ ਮੰਨੀ ਜਾਂਦੀ ਹੈ ਜਿਹੜੇ ਅੱਜ ਦੇ ਮਾਡਰਨ ਪੀਰੀਆਡਿਕ ਟੇਬਲ ਚ ਮੈਂਡਲੀਵ ਦੀ ਇਹਨਾਂ ਤਿੰਨਾਂ 'ਚ ਕਾਮਨ ਕੀ ਹੈ ਇਹਨਾਂ ਨੇ ਜਿੱਦਾਂ ਤੁਸੀਂ ਥਾਲੀਆਂ ਸਾਈਜ਼ ਦੇ ਹਿਸਾਬ ਨਾਲ ਲੱਗ ਰੱਖਦੇ ਹੋ ਇਹਨਾਂ ਨੇ ਚੀਜ਼ਾਂ ਨੂੰ 엘ਿਮੈਂਟਸ ਨੂੰ ਗਰੁੱਪ ਕਰਨਾ ਚਾਹਿਆ ਇੱਕ ਮੇਜਰ ਪ੍ਰੋਪਰਟੀ ਵੇਖ ਕੇ ਜਿਹੜੀ ਸੀਗੀ ਐਟੋਮਿਕ ਮਾਸ ਯਾਨੀ ਕਿ ਬੇਸਿਸ ਇਹਨਾਂ ਤਿੰਨਾਂ ਦਾ ਹੀ ਐਟੋਮਿਕ ਮਾਸ ਹੈ ਗਰੁੱਪਿੰਗ ਕਰਨ ਦਾ ਇਹ ਤੁਸੀਂ ਦਿਮਾਗ 'ਚ ਰੱਖਣੀ ਹੈ ਗੱਲ ਹੁਣ ਜਿਹੜਾ ਚੌਥਾ ਹੈਗਾ ਤੇ ਜਿਹੜਾ ਹੀਰੋ ਹੈਗਾ ਉਹ ਹੈਗਾ ਸਾਡਾ ਹੈਨਰੀ ਮੋਜ਼ਲੇ ਇਹ ਹੀ ਬੇਸਿਕ ਫਾਊਂਡੇਸ਼ਨ ਦਿੰਦਾ ਹੈ ਸਾਡੇ ਮਾਡਰਨ ਪੀਰੀਆਡਿਕ ਟੇਬਲ ਦੀ ਇਹਨਾਂ ਤੋਂ ਅਲੱਗ ਕੀ ਸੀ ਇਹ ਥੱਲੇ ਲਾਈਨ ਪੜੋ ਬੇਸਿਸ ਆਰ ਇਜ਼ ਐਟੋਮਿਕ ਨੰਬਰ ਨਾਟ ਦ ਮਾਸ ਇਹ ਤਿੰਨੋਂ ਕੀ ਕਰਦੇ ਸੀ ਐਟੋਮਿਕ ਮਾਸ ਨੂੰ ਇੱਕ ਇੰਪੋਰਟੈਂਟ ਚੀਜ਼ ਮੰਨਦੇ ਸੀ ਪ੍ਰੋਪਰਟੀ ਦੀ ਇਹਨੇ ਕਿਹਾ ਜੇ ਬੇਸਿਕ ਪ੍ਰੋਪਰਟੀ ਜਿਹੜੇ ਐਲੀਮੈਂਟਸ ਦੀ ਹੈਗੀ ਹੈ ਉਹ ਐਟੋਮਿਕ ਮਾਸ ਤੇ ਨਹੀਂ ਐਟੋਮਿਕ ਨੰਬਰ ਤੇ ਜ਼ਿਆਦਾ ਡਿਪੈਂਡ ਕਰਦੀ ਹੈ ਕਿ ਉਹ ਕਿੱਦਾਂ ਦਾ ਹੋਏਗਾ ਉਹਦੀ ਪ੍ਰੋਪਰਟیز ਕਿੱਦਾਂ ਦੀਆਂ ਹੋਣਗੀਆਂ ਇਹ ਤਾਂ ਅਸੀਂ ਥੋੜਾ ਜਿਹਾ ਓਵਰਵਿਊ ਲਿਆ ਹੁਣ ਅਸੀਂ ਇੱਕ ਇੱਕ ਚ ਜਾਵਾਂਗੇ ਇੱਕ ਇੱਕ ਸਾਇੰਟਿਸਟ ਕਿੱਦਾਂ ਟਰਾਈ ਕਰਦਾ ਹੈ ਗਰੂਪਿੰਗ ਕਰਨ ਦੀ ਅਸੀਂ ਉਹ ਵੇਖਾਂਗੇ 1 ਬਾਈ 1 ਅਸੀਂ ਦੇਖਾਂਗੇ ਸਭ ਤੋਂ ਪਹਿਲਾ ਹੀਰੋ ਜਿਹੜਾ ਹੈਗਾ ਸਾਡਾ ਸਾਇੰਟਿਸਟ ਜਿਸ ਨੇ ਪਹਿਲੀ ਵਾਰੀ ਟਰਾਈ ਕੀਤੀ ਕਿ ਐਲੀਮੈਂਟਸ ਜਿਹੜੇ ਹੈਗੇ ਸਾਨੂੰ ਲੱਭਦੇ ਪਏ ਆ ਇਹ ਬਹੁਤ ਪੁਰਾਣੀ ਗੱਲ ਹੈ ਯਾਦ ਰੱਖੋ ਸਭ ਤੋਂ ਪਹਿਲਾਂ ਅਸੀਂ ਜਿਹੜਾ ਹੈਗਾ ਐਫਰਟ ਦੇਖ ਰਹੇ ਕਿੰਨੇ ਲਾਇਆ ਉਹ ਲਾਇਆ ਸਾਡੇ ਟੋਬਰੇਨਰ ਨੇ ਡੋਬਰੇਨਰ ਇਹਦਾ ਨਾਂ ਜਿਹੜਾ ਹੈਗਾ ਥੋੜਾ ਜਿਹਾ ਔਖਾ ਹੈਗਾ ਮੈਂ ਪਹਿਲੇ ਵੀ ਗਲਤੀ ਕਰਤੀ ਮੇਰੇ ਖਾਲ ਤੁਸੀਂ ਕਰੈਕਟ ਕਰ ਲੈਣਾ ਮੈਂ ਇਥੋਂ ਵੇਖਿਆ ਦੇਖੋ ਡੋਬਰੇਨਰ ਇਹ ਐਕਚੁਅਲੀ ਜਰਮਨ ਨਾਂ ਹੈ ਜਰਮਨ ਨਾਂ ਥੋੜੇ ਬੋਲਣ ਨੂੰ ਸਾਨੂੰ ਡਿਫਿਕਲਟ ਲੱਗਣੇ ਹੀ ਹੈਗੇ ਜੇ ਇਹਦੀ ਐਕਚੁਅਲ ਪ੍ਰੋਨਨਸੀਏਸ਼ਨ ਦੇਖੀ ਜਾਵੇ ਉਹ ਹੈਗੀ ਹੈ ਡੋਬ ਹੈਨਰ ਹੈਨਰ ਦੀ ਸਾਊਂਡ ਆਏਗੀ ਪਰ ਚਲੋ ਅਸੀਂ ਯਾਦ ਕਰਨ ਵਾਸਤੇ ਇਹਨਾਂ ਨੂੰ ਰਿਸਪੈਕਟ ਦੇਣ ਵਾਸਤੇ ਨਾ ਦੇ ਅਸੀਂ ਸਪੈਲਿੰਗ ਠੀਕ ਰੱਖਣੀ ਚਾਹੀਦੀ ਹੈ ਮੇਰੀ ਗਲਤੀ ਮਾਫ ਕਰੋ ਪਿਛਲੀ ਚਲੋ ਆਜੋ ਹੁਣ ਇਹਨਾਂ ਬਾਰੇ ਪੜ੍ਹਦੇ ਹਾਂ ਕਿ ਡੋਬਰੇਨਰ ਨੇ ਕੀ ਕੀਤਾ ਤੇ ਸਭ ਤੋਂ ਪਹਿਲੀ ਟਰਾਈ ਚ ਉਹਨਾਂ ਨੇ ਕਿੱਦਾਂ ਗਰੂਪਿੰਗ ਦੀ ਟਰਾਈ ਕੀਤੀ 엘ਿਮੈਂਟਸ ਦਾ ਪੈਟਰਨ ਕੀ ਲੱਭਿਆ ਕੀ ਕੀ ਉਹਨਾਂ ਦੀ ਦੇਣ ਸੀਗੀ ਇਹਨਾਂ ਨੂੰ ਡੋਬਰੇਨਰ ਟਰਾਈਡਸ ਵੀ ਕਿਹਾ ਜਾਂਦਾ ਹੈ ਡੋਬਰੇਨਰ ਦਾ ਸਾਇੰਟਿਸਟ ਦਾ ਨਾਂ ਹੈ ਜਿਹੜਾ ਨਾਲ ਟਰਾਈਡ ਲੱਗਿਆ ਹੋਇਆ ਹੈ ਇਹਦਾ ਮਤਲਬ ਹੈ ਤਿੰਨ ਹੁਣ ਤਿੰਨ ਕੀ ਦਿੱਤੇ ਉਹ ਅਸੀਂ ਨੈਕਸਟ ਸਲਾਈਡ 'ਚ ਵੇਖਾਂਗੇ ਪਰ ਤੁਸੀਂ ਇੱਥੇ ਸਮਝ ਸਕਦੇ ਹੋ ਟੈਕਸਟ 'ਚ ਹੀ ਅਰੇਂਜਡ 엘ਿਮੈਂਟਸ ਵਿਦ ਸਿਮਿਲਰ ਪ੍ਰੋਪਰਟੀਆਂ ਇੰਟੂ ਗਰੂਪਸ ਆਫ 3 ਇੱਥੇ ਹੀ ਸਮਝ ਆ ਗਿਆ ਕੀ ਕੀਤਾ ਉਹਨਾਂ ਨੇ ਉਹਨਾਂ ਨੇ ਜਿਹੜੀ ਵੀ ਸਿਮਿਲਰ ਪ੍ਰੋਪਰਟੀ ਜਿਹਨਾਂ 엘ਿਮੈਂਟਸ ਦੀ ਇੱਕੋ ਜਿਹੀਆਂ ਪ੍ਰੋਪਰਟੀਆਂ ਲੱਗੀਆਂ ਜਿਵੇਂ ਤੁਹਾਨੂੰ ਹੁਣ ਤਾਂ ਸਾਨੂੰ ਪਤਾ ਹੀ ਹੈ ਲੀਥੀਅਮ ਸੋਡੀਅਮ ਪਾਣੀ ਚ ਇੱਕੋ ਜਿਹੇ ਲਗਭਗ ਰਿਐਕਟ ਕਰਦੇ ਹਨ ਬੜਾ ਹੀ ਐਕਸਪਲੋਸਿਵ ਰਿਐਕਸ਼ਨ ਹੁੰਦਾ ਹੈ ਤਾਂ ਉਹ ਉਹਨਾਂ ਨੇ ਕੀ ਕੀਤਾ ਤਿੰਨ ਤਿੰਨ ਦੇ ਗਰੁੱਪ ਚ ਰੱਖਿਆ ਉਹਨਾਂ ਨੇ ਇਹਨੂੰ ਕਿਹਾ ਟਰਾਇਡ ਤਾਂ ਹੀ ਕਰਕੇ ਨਾਂ ਪੈ ਗਿਆ ਡੋਬਨਰ ਟਰਾਇਡਸ ਉਹਨਾਂ ਨੇ ਇਹ ਜਿਹੜੇ ਟ੍ਰਾਇਡ ਅਰੇਂਜ ਕੀਤੇ ਉਹ ਇਨਕਰੀਜ਼ਿੰਗ ਐਟੋਮਿਕ ਮਾਸ ਮੈਂ ਪਹਿਲੇ ਤੁਹਾਨੂੰ ਯਾਦ ਕਰਾਇਆ ਸੀ ਐਟੋਮਿਕ ਮਾਸ ਤਿੰਨਾਂ ਨੇ ਜਿਹੜੇ ਸਾਡੇ ਪਹਿਲੇ ਤਿੰਨ ਸਾਇੰਟਿਸਟ ਨੇ ਸਾਰਿਆਂ ਨੇ 베이스 ਆਫ ਪ੍ਰੋਪਰਟੀ ਜਿਹੜਾ ਹੈ ਐਲੀਮੈਂਟ ਹੈ ਉਹਦੀ ਬੇਸਿਕ ਪ੍ਰੋਪਰਟੀ ਕੀ ਮੰਨੀ ਐਟੋਮਿਕ ਮਾਸ ਕੀ ਉਹਦੇ ਤੇ ਹੀ ਜ਼ਿਆਦਾਤਰ ਇਹਨਾਂ ਦੀ ਪ੍ਰੋਪਰਟੀ ਡਿਪੈਂਡ ਕਰੇਗੀ ਤੇ ਜੀ ਯਾਦ ਰੱਖੀ ਇਹਨਾਂ ਨੇ ਉਹੀ ਚੀਜ਼ ਕੀਤੀ ਸਟਾਰਟਿੰਗ 'ਚ ਤੇ ਅਰੇਂਜ देम ਇਨ ਇਨਕਰੀਜ਼ਿੰਗ ਐਟੋਮਿਕ ਮਾਸ ਮਤਲਬ ਮਾਸ ਇਨਕਰੀਜ਼ ਹੁੰਦਾ ਗਿਆ ਉਹ ਸਾਹਮਣੇ ਉਹਨਾਂ ਨੇ ਉਹਨੂੰ ਆਪਣੇ ਟਰਾਇਡਸ 'ਚ ਰੱਖਿਆ ਕਹਿੰਦਾ ਭਾਓ ਮਤਲਬ ਜੇ ਤੁਹਾਨੂੰ ਮੈਂ ਕਹਾ ਕਿ ਜੀ ਕਿਚਨ 'ਚ ਜਾ ਕੇ ਚਮਚ ਜੀ ਕੜਛੀਆਂ ਕਰੋ ਤਾਂ ਅਸੀਂ ਕਹਿੰਦੇ ਸਰ ਇਨਕਰੀਜ਼ਿੰਗ ਸਾਈਜ਼ ਦੇ ਸਾਹਮਣੇ ਅਸੀਂ ਉਹਨਾਂ ਨੂੰ ਰੱਖਤਾ ਹੈ ਛੋਟੇ ਚਮਚ ਪਹਿਲੇ ਫਿਰ ਮੱਧਮ ਚਮਚ ਫਿਰ ਵੱਡੇ ਚਮਚ ਕੀ ਕਰਦੇ ਪਏ ਅਸੀਂ ਉਹਨਾਂ ਦੇ ਸਾਈਜ਼ ਇਆ ਪਰਲੇਲ ਉਹਨਾਂ ਦੇ ਮਾਸ ਦੇ ਹਿਸਾਬ ਨਾਲ ਅਸੀਂ ਉਹਨਾਂ ਨੂੰ ਇਨਕਰੀਜ਼ਿੰਗ ਆਰਡਰ ਚ ਰੱਖ ਰਹੇ ਹਾਂ ਉਸੇ ਹਿਸਾਬ ਨਾਲ ਇਹਨਾਂ ਨੇ ਵੀ ਕੀਤਾ ਹੁਣ ਜਿਹੜੇ ਇਹਨਾਂ ਚ ਟ੍ਰਾਈਡ ਸੀਗਾ ਉਹਨਾਂ ਚ ਤਿੰਨ ਐਲੀਮੈਂਟ ਆਣਗੇ ਮੰਨ ਲਓ ਇੱਕ ਪਾਇਆ ਇਹਨਾਂ ਨੇ ਇੱਥੇ ਦੂਜਾ ਐਲੀਮੈਂਟ ਇੱਥੇ ਤਿੰਨ ਐਲੀਮੈਂਟ ਇੱਥੇ ਹੁਣ ਜਿਹੜਾ ਇਹਨਾਂ ਨੇ ਦੱਸਿਆ ਆਪਣੀ ਥਿਊਰੀ ਜਿਹੜੀ ਦਿੱਤੀ ਉਹਨਾਂ ਨੇ ਕਿਹਾ ਕਿ ਜੇ ਤੁਹਾਨੂੰ ਇਹਦਾ ਮਾਸ ਚਾਹੀਦਾ ਨਾ ਵਿਚਾਰ ਲੈਦਾ ਤਾਂ ਤੁਸੀਂ ਇਹਨਾਂ ਦੀ ਐਵਰੇਜ ਕੱਢ ਲਓ यद मास लगभग मिल जाएगा रफली एकदम एग्जैक्ट एक नहीं सट इना थ्योरी सभी ता ही करके कि पैटर्न है तीन तीन का ही पैटर्न है हूँ असी देखते दे हैं अगे नैक्सट स्लाइड कुछ एग्जाम्पल लैके कि रहे डिटेल चुन देखो ये है फेमस ट्रायड्स मैं लिथियम सोडियम पोटाशियम कैलशियम स्ट्रोंटियम बेरीयम क्लोरीन ब्रोमीन आयोडीन ठीक है ये तीन तीन द्रायड्स है यह भी ट्राइड है यह भी ट्राइड है याइड है इन्हें क्या कि इंक्रजिंग अटोमिक मास के हिसाब से रखो इतने सत्त है यदा असं डि करेंगे तो लास्ट देखो थले मास इंक्रीज होंगे पे थले मास इंक्रीज होंगे पे थले मास इंक्रीज होंगे पे, पे यानी कि जोड़ा अरेजमेंट है वो की है इनक्रीजिंग ऑर्डर ऑफ एटोमिक मास अटोमिक मास है याद रखना है अटोमिक मास है ही है ठीक है ਉਹ ਦੇਖੋ ਜਿਹੜੇ ਵਿਚਾਰ ਲਿਖਿਆ ਮੈਂ ਕਿਉਂ ਨਹੀਂ ਦਿੱਤੇ ਕਿਉਂਕਿ ਤੁਸੀਂ ਇੱਥੇ ਇੱਕ ਐਕਸਰਸਾਈਜ਼ ਕਰਨੀ ਹੈ ਇਹਨਾਂ ਦੀ ਐਵਰੇਜ ਕੱਢਣੀ ਹੈ ਐਵਰੇਜ ਕਿੱਦਾਂ ਕੱਢੀ ਦੀ ਬੜੀ ਸਿੰਪਲ ਗੱਲ ਹੈ ਦੋਵਾਂ ਨੂੰ ਜਮਾ ਕਰੋ ਤੇ ਬਟਾ 2 ਕਰ ਦੋ ਕਿਉਂਕਿ ਦੋ ਹੀ ਐਲੀਮੈਂਟ ਹਨ ਤਾਂ ਅਸੀਂ ਕਰਨੀ ਹੈ ਇਹ ਮੰਨ ਲਓ ਮੈਂ ਹੁਣ ਰਫਲੀ ਕੱਢਾਂਗਾ ਯਾਨੀ ਕਿ ਸਿਰਫ ਅੰਦਾਜ਼ਾ ਲਾਵਾਂਗਾ ਇਹਨੂੰ 40 ਸਮਝ ਲਾਂਗਾ ਇਹ 47 47 ਦਾ ਅੱਧ ਕੀ ਹੋਏਗਾ ਮmm ਵੀ ਤੇਈ ਦੇ ਲਗਭਗ ਜੇ ਅਸੀਂ ਅੰਦਾਜ਼ਾ ਲਾ ਰਹੇ ਹੁਣ ਤਾਂ ਅਸੀਂ ਇਕੁਅਲ ਟੂ ਦੇ ਉੱਪਰ ਇੱਦਾਂ ਲਾ ਦਦੇ ਕਿ ਅਸੀਂ ਐਗਜ਼ੈਕਟ ਨਹੀਂ ਹੈਗੇ ਬਟ ਕਿਉਂਕਿ ਮੈਂ ਕੈਲਕੂਲੇਟਰ ਯੂਜ਼ ਨਹੀਂ ਕਰਦਾ ਪਿਆ ਤਾਂ ਅਗਰ ਕਿ ਮੈਂ ਅੰਦਾਜ਼ੇ ਲਾਂਦਾ ਪਿਆ ਇਹਨੂੰ 140 ਸਮਝ ਲਵਾਂ 40 180 180 ਦਾ 90 ਦੇ ਲਗਭਗ ਹੋਏਗਾ ਇਹ ਠੀਕ ਹੈ ਬੇਟਾ ਅਸੀਂ ਕੀ ਕਰਦੇ ਪਿਆ ਦੇਖੋ ਜੇ ਤੁਹਾਨੂੰ ਲੱਗ ਰਿਹਾ ਬੜਾ ਫਾਸਟ ਹੋ ਰਿਹਾ ਹੈ ਇਦਾਂ ਹੋ ਰਿਹਾ 140 40 ਮੈਨੂੰ 140 ਮੰਨ ਲਿਆ ਤੇ 2 ਕਰ ਰਹੇ ਹਾਂ ਇਹ ਮੈਂ ਮੇਰੇ ਹਿਸਾਬ ਨਾਲ ਇਹਦੇ ਲਗਭਗ ਵੈਲਿਊ ਆਏਗੀ ਹੁਣ ਇੱਥੇ ਕੱਲ ਲੈਂਦੇ ਆ 130 ਮੰਨ ਲੇ 165 165 ਦਾ ਅੱਧਾ 82 ਲਗਭਗ ਆ ਗਿਆ ਮੇਰਾ 82 ਦਾ ਹੁਣ ਸਮਝ ਗਏ ਇਹ ਹੀ ਜਿਹੜੀ ਚੀਜ਼ ਮੈਂ ਕੀਤੀ ਇਹ ਹੀ ਡੋਬਰ ਨੇ ਇਹਨੇ ਕਿਹਾ ਕਿ ਇਦਾਂ ਹੋਏਗਾ ਮਤਲਬ ਜਿਹੜਾ ਵਿਚਕਾਰਲਾ ਐਲੀਮੈਂਟ ਹੈ ਉਹ ਜਿਹੜਾ ਹੋਏਗਾ ਉਹ ਐਵਰੇਜ ਹੋਏਗਾ ਐਵਰੇਜ ਹੋਏਗੀ ਕਿਹਨਾਂ ਦੀ ਇਹਨਾਂ ਦੀ ਤੇ ਇਹਦੀ ਪਿਛਲੇ ਐਲੀਮੈਂਟ ਦੀ ਤੇ ਅਗਲੇ ਐਲੀਮੈਂਟ ਦੀ ਇਹਦੀ ਐਵਰੇਜ ਹੋਏਗਾ ਹੁਣ ਮੈਂ ਐਕਚੁਅਲ ਵੈਲਿਊ ਲਿਖ ਦਵਾਂ ਕਿਹੜੀਆਂ-ਕਿਹੜੀਆਂ ਸੀਗੀਆਂ ਇੱਥੇ ਦੇਖਦੇ ਹਾਂ ਸਾਡੇ ਜਿਹੜੇ ਅੰਦਾਜ਼ੇ ਸੀਗੇ ਉਹ ਕਿੰਨੇ ਠੀਕ ਬੈਠੇ ਜਾਂ ਮੇਰੇ ਅੰਦਾਜ਼ੇ ਕਿੰਨੇ ਠੀਕ ਬੈਠੇ ਤੁਸੀਂ ਆਪਣੇ ਅੰਦਾਜ਼ਾ ਲਾਇਆ ਹੋਣਾ ਚਲੋ ਵੇਖੀਏ ਕਿਹੜੀ-ਕਿਹੜੀ ਵੈਲਿਊ ਸੀਗੀ ਸੋਡੀਅਮ ਦਾ ਐਟੋਮਿਕ ਮਾਸ ਐਕਚੁਅਲ ਹੈ 22.9 ਮੇਰਾ ਲਗਭਗ ਠੀਕ ਨਿਕਲਿਆ ਰਫਲੀ ਵਰਡ ਯੂਜ਼ ਕੀਤਾ ਹੈ ਉਹਨਾਂ ਨੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਐਗਜ਼ੈਕਟਲੀ ਉਦਾਂ ਹੀ ਨਿਕਲੇਗਾ ਬਰ ਉਹਨੇ ਕਿਹਾ ਰਫਲੀ ਇੰਨਹੀਂ ਆਏਗਾ ਤਾਂ ਠੀਕ ਹੈ ਜੀ ਇਹਦਾ ਦਾ ਟ੍ਰਾਈਡ ਤਾਂ ਠੀਕ ਹੈ ਚਲੋ ਇਹਨੂੰ ਚੈੱਕ ਕਰੀਏ इतने साडा नब्बे निकलिया है योंटीयम सतासी के लगभग सतासी पॉइंट छे साढ़ा नब्बे निकलिया लगभग अभी रफली ठीक ही सके चलो इदा भी कटिए ब्रोमीन का सैवनटी नाइन पॉइंट नाइन मैं लिख ला सैवन अस्सी के लगभग असी कटे से बयासी के लगभग यही ਇਹਦੀ ਖਾਸੀਅਤ ਹੈ ਟ੍ਰਾਇਡ ਦੀ ਇਹਨੇ ਇਹ ਥਿਉਰੀ ਦਿੱਤੀ ਡੋਬਰਨੇ ਨੇ ਕਿ ਅਸੀਂ ਟ੍ਰਾਇਡਸ ਚ ਰੱਖ ਸਕਦੇ ਹਾਂ ਐਲੀਮੈਂਟਸ ਨੂੰ ਤੇ ਜਿਹੜਾ ਵਿਚਕਾਰਲਾ ਹੋਏਗਾ ਉਹਦੀ ਐਵਰੇਜ ਹੋਏਗਾ ਕਿਸ ਨੂੰ ਐਡ ਕਰਨਾ ਹੈ ਪਿਛਲੇ ਵਾਲੇ ਨੂੰ ਤੇ ਅਗਲੇ ਵਾਲੇ ਨੂੰ ਤੇ ਉਹਦਾ ਬਟਾ 2 ਕਰ ਦੋਗੇ ਤੇ ਐਵਰੇਜ ਨਿਕਲ ਜਾਏਗੀ ਤੇ ਵਿਚਕਾਰਲੇ ਦੀ ਜਿਹੜੀ ਹੋਏਗੀ ਐਵਰੇਜ ਹੈ ਇਹ ਇਹਨਾਂ ਦੀ ਥਿਉਰੀ ਹੈ ਇਹ ਇਹਨਾਂ ਨੇ ਆਪਣਾ ਪੱਖ ਰੱਖਿਆ ਕਿ ਇਦਾਂ ਹੀ ਸਾਰੇ ਐਲੀਮੈਂਟਸ ਮਿਲਣਗੇ ਕਿ ਆ ਉਹ ਸੱਚਾਈ ਸੀਗੀ ਕਿ ਆ ਇਦਾਂ ਹੋਇਆ ਨਹੀਂ ਹੋਇਆ ਕਿਉਂਕਿ ਇਹਦੀ ਬਹੁਤ ਲਿਮਿਟੇਸ਼ਨਸ ਹਨ ਬਟ ਤੁਸੀਂ ਇਹ ਯਾਦ ਰੱਖਣਾ ਇਹਨੂੰ ਅਸੀਂ ਰਿਜੈਕਟ ਕਰਦੇ ਹਾਂ ਪਰ ਇਹ ਸਿੱਖ ਕੁਰੇ ਆ ਕਿਉਂਕਿ ਬੇਟਾ ਯਾਦ ਰੱਖੋ ਇਹ ਫਰਸਟ ਅਟੈਂਪਟ ਹੈ ਪਹਿਲੀ ਵਾਰੀ ਕਿਸੇ ਨੇ ਇਸ ਪ੍ਰੋਬਲਮ ਤੇ ਹੱਥ ਪਾਇਆ ਕਿ ਪੈਟਰਨ ਲੱਭਦੇ ਆ ਐਟੋਮਿਕ ਮਾਸ ਦੇ ਹਿਸਾਬ ਨਾਲ ਰੱਖਦੇ ਆ ਟ੍ਰਾਈਡਸ ਯਾਨੀ ਕਿ ਉਹਨੇ ਦੇਖਿਆ ਬਰੁਕ ਗਰੁੱਪ ਕਰ ਲੋ ਇਹ ਸੇਮ ਤਰ੍ਹਾਂ ਦੇ ਐਲੀਮੈਂਟਸ ਹਨ ਇਹ ਸੇਮ ਤਰ੍ਹਾਂ ਦੇ ਐਲੀਮੈਂਟਸ ਹਨ ਇਹ ਸੇਮ ਤਰ੍ਹਾਂ ਦੇ ਐਲੀਮੈਂਟਸ ਹਨ ਇਹਦੀ ਪ੍ਰੋਪਰਟੀ ਸੇਮ ਹੈ ਇਹਨਾਂ ਨੂੰ ਗਰੁੱਪ ਕਰ ਲੋ ਇਹਨਾਂ 'ਚ ਕੁਝ ਕੁ ਚੀਜ਼ਾਂ ਕਾਮਨ ਹਨ ਤਾਹੀਂ ਕਰਕੇ ਅਸੀਂ ਹਿਸਟਰੀ ਪੜ ਰਹੇ ਹਾਂ ਜਿਹਦਾ ਕਰਕੇ ਸਾਨੂੰ ਸਿੱਖਣ ਨੂੰ ਮਿਲੇ ਕਿ ਕਿੱਦਾਂ ਚੀਜ਼ਾਂ ਇੱਕਦਮ ਨਹੀਂ ਜਿਹੜੇ ਸਾਨੂੰ ਇੱਕ ਪੇਜ ਦੇ ਦਿੱਤਾ ਇਦਾਂ ਹੀ ਨਹੀਂ ਬਣ ਗਿਆ ਪ੍ਰੋਡਿਕਟੇਬਲ ਕਾਫੀ ਉਹਦੇ ਪਿੱਛੇ ਮਿਹਨਤ ਹੈ ਇਹਨਾਂ ਜੀਨੀਅਸ ਲੋਕਾਂ ਦੀ ਡੋਬਰਨੇਅਰ ਦੀ ਚਲੋ ਹੁਣ ਨੈਕਸਟ ਸਾਇੰਟਿਸਟ ਕੋਲ ਚਲੀਏ ਡੋਬਰਨੇਅਰ ਦੇ ਜਿਹੜੇ ਟਰਾਈਡ ਸੀਗੇ ਉਹਨਾਂ ਵਿੱਚ ਕਾਫੀ ਲਿਮਿਟੇਸ਼ਨ ਸੀ ਪਹਿਲੀ ਗੱਲ ਤਾਂ ਸਿਰਫ 3 ਹੀ ਟਰਾਈਡ ਬਣਾ ਸਕਿਆ ਹੋਰ ਕੋਈ ਐਲੀਮੈਂਟ ਇਹ ਟਰਾਈਡ ਚ ਫਿਟ ਹੀ ਨਾ ਹੋਣ ਤਾਂ ਮਤਲਬ ਕਿ ਉਹ ਇੱਕ ਤਰ੍ਹਾਂ ਦਾ ਫੇਲਰ ਹੀ ਸੀਗਾ ਪਰ ਕਿਹਾ ਸੱਚੀ ਚ ਫੇਲ ਪਰ ਕਿਹਾ ਵਾਕਈ ਫੇਲਰ ਸੀਗਾ ਨਹੀਂ ਨਾ ਪਹਿਲਾ ਅਟੈਂਪਟ ਤੇ ਨਹੀਂ ਕੀਤਾ ਹੈ ਹੁਣ ਜਿਹੜਾ ਸੈਕੰਡ ਸਾਇੰਟਿਸਟ ਆਂਦਾ ਹੈ ਉਹ ਆਪਣੇ ਹਿਸਾਬ ਨਾਲ ਰੇਂਜ ਕਰਦਾ ਹੈ ਕਿ 엘ਮੈਂਟਸ ਨੂੰ ਇਦਾਂ ਰੱਖੋ ਉਹਦਾ ਨਾਮ ਹੈਗਾ ਜੌਨ ਨਿਊਲੈਂਡਸ ਇਹ ਜਿਹੜੇ ਹੈਗੇ ਸਾਡੇ ਨੈਕਸਟ ਸਾਇੰਟਿਸਟ ਹੈਗੇ ਆ ਜਿਨ੍ਹਾਂ ਨੇ ਦਿੱਤਾ ਨਿਊਲੈਂਡਸ ਓਕਟੇਵ ਪੀਰੀਓਡਿਕ ਟੇਬਲ ਓਕਟੇਵ ਮਤਲਬ 8 ਅਸੀਂ ਪਹਿਲੇ ਹੀ ਰਿਵਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਨੇ ਕੀ ਕੀਤਾ ਕਿ ਇਹਨਾਂ ਨੇ ਐਟੋਮਿਕ ਮਾਸ ਇਨਕਰੀਜ਼ਿੰਗ ਆਰਡਰ ਤੇ ਰੱਖਿਆ ਸਾਰੇ ਐਲੀਮੈਂਟਸ ਨੂੰ ਤੇ ਬਿਲੀਵ ਕੀਤਾ ਇਹਨਾਂ ਨੇ ਸੋਚਿਆ ਕਿ ਹਰ ਇੱਕ ਅਠਵਾਂ ਐਲੀਮੈਂਟ ਜਿਹੜਾ ਹੋਏਗਾ ਉਹ ਪਹਿਲੇ ਵਰਗਾ ਹੋਏਗਾ ਮੈਨੂੰ ਕਿ 1 2 3 4 5 6 7 ਹੁਣ ਜਿਹੜਾ ਅਠਵਾਂ ਐਲੀਮੈਂਟ ਆਇਆ ਨਾ ਇਹ ਪਹਿਲੇ ਵਰਗਾ ਹੋਏਗਾ ਇਹ ਹੁਣ ਕਿੱਦਾਂ ਦੇ ਔਕਟੇਵ ਕਿੱਥੋਂ ਆ ਗਿਆ ਇਦਾਂ ਦਿਮਾਗ 'ਚ ਹੁਣ ਦੇਖੋ ਅਸੀਂ ਸਾਰਿਆਂ ਨੇ ਸੁਣਿਆ ਹੋਇਆ ਹੈ ਸੁਰ ਸਾ ਰੇ ਗਾ ਮਾ ਪਾ ਧਾ ਨੀ ਅਗਲਾ ਨਹੀਂ ਦੱਸਣਾ ਮੈਂ ਕਿੰਨੇ ਹੋ ਗਏ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਛੇਮਾ ਸੱਤਵਾਂ ਇਸ ਤੋਂ ਅੱਗੇ ਕਿਹੜਾ ਸੁਰ ਲੱਗਦਾ ਉਹ ਦੁਬਾਰਾ ਜਿਹੜਾ ਪਹਿਲਾ ਸੀਗਾ ਸਾ ਤੇ ਯਾਨੀ ਕਿ ਇਸੇ ਲੌਜਿਕ ਨਾਲ ਇਹਨਾਂ ਨੇ ਇਹ ਲਾਅ ਦਿੱਤਾ ਇਹਨਾਂ ਨੇ ਇਹ ਪੀਰੀਆਡਿਕ ਟੇਬਲ ਬਣਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਦਾ ਕਹਿਣ ਦਾ ਹੈ ਕਿ 뮤지컬 ਨੋਟਸ 뮤지컬 ਨੋਟਸ ਜਿੱਦਾਂ ਰਿਪੀਟ ਹੁੰਦੇ ਹਨ ਹਾਊ 뮤지컬 ਨੋਟਸ ਰਿਪੀਟ ਆਫਟਰ ਦਾ 7 ਦਾ 8th 뮤지컬 ਨੋਟ ਇਜ਼ ਸੇਮ ਐਸ ਦਾ ਫਸਟ ਵਨ ਦਾ 엘িমেন্টস ਵਿਲ ਆਲਸੋ ਬੀ ਇਨ ਦਾ ਸੇਮ ਮੈਨਰ ਇਟ ਮੀਨਸ ਕੀ ਕੈਨ ਦੀ ਕੋਸ਼ਿਸ਼ ਕੀਤੀ ਕਿ ਜਿਹੜਾ 8ਵਾਂ 엘িমੈਂਟ ਹੋਏਗਾ ਇਨਕਰੀਜ਼ ਐਟੋਮਿਕ ਮਾਸ ਇਸ ਹਿਸਾਬ ਨਾਲ ਰੱਖ ਦੋ 8ਵਾਂ 엘িমੈਂਟ ਦੀ ਜਿਹੜੀ ਪ੍ਰੋਪਰਟੀ ਹੋਏਗੀ ਉਹ ਪਹਿਲੇ ਜਿਹੜਾ ਤੁਸੀਂ ਲਿਖਿਆ ਹੋਇਆ ਹੈ ਨੰਬਰ 1 ਤੇ ਉਹਦੇ ਵਰਗੀ ਹੋਏਗੀ ਇਹ ਇਹਨਾਂ ਦੀ ਸੋਚ ਸੀਗੀ ਇਹਨਾਂ ਨੇ ਸੋਚਿਆ ਸੀ ਹੁਣ ਕਿਹਾ ਇਹ ਪਰਫੈਕਟ ਨਿਕਲੇ ਨਹੀਂ ਇਹਨਾਂ ਦੀ ਵੀ ਕੁਝ ਕਮੀਆਂ ਰਹੀਆਂ ਕਿਉਂਕਿ ਇਹ ਸਾਰੇ ਐਲੀਮੈਂਟ ਫਿਟ ਨਹੀਂ ਕਰ ਸਕੇ ਤੇ ਕਈ ਐਲੀਮੈਂਟ ਉਹਦਾਂ ਦੀ ਪ੍ਰੋਪਰਟੀ ਨਹੀਂ ਦਿਖਾਉਂਦੇ ਸੀ ਬਟ ਫਿਰ ਵੀ ਇਹਨਾਂ ਦਾ ਕਾਫੀ ਮਹੱਤਵਪੂਰਨ ਯੋਗਦਾਨ ਹੈ ਇੱਕ ਥੋੜੀ ਜਿਹੀ ਲਿਸਟ ਕਿਉਂਕਿ ਉਸ ਟਾਈਮ ਜਿਹੜੇ ਐਲੀਮੈਂਟਸ تھے ਉਹ ਵੀ ਵੱਧ ਗਏ ਸੀ ਇਹਨਾਂ ਨੇ ਵੀ ਪੈਟਰਨ ਫਾਈਂਡ ਦੀ ਕੋਸ਼ਿਸ਼ ਕੀਤੀ